ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਮਾਫੀ ਚਾਹਾਂਗੇ ਅੱਜ ਅਸੀਂ ਕਈ ਕਾਰਨਾਂ ਕਰਕੇ ਲਾਈਵ ਨਹੀਂ ਕਰ ਪਾ ਰਹੇ ਪਰ ਤੁਹਾਡੇ ਲਈ ਇੱਕ ਬੜੀ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਅੱਜ ਸਾਰੇ ਦਾ ਸਾਰਾ ਸਟਾਫ ਪ੍ਰਦੀਪ ਜੀ ਉਹਨਾਂ ਦਾ ਆਨਲਾਈਨ ਹੈ ਇਸ ਵਕਤ ਜਦੋਂ ਤੁਸੀਂ ਕਾਲ ਕਰੋਗੇ ਉਹਨਾਂ ਕੋਲ ਕਾਲ ਚਲੀ ਜਾਣੀ ਹੈ ਨਾਲ ਦੀ ਨਾਲ ਵਾਜਬ ਜਵਾਬ ਮਿਲਣਗੇ ਖਾਸ ਤੌਰ 'ਤੇ ਆਸਟ੍ਰੇਲੀਆ ਕੈਨੇਡਾ ਔਰ ਯੂਰਪ ਯੂਰਪ ਦੇ ਵਿੱਚ ਕਾਫੀ ਸਾਰੇ ਕੰਟਰੀਜ਼ ਨੇ ਦੋ ਮਹਿਮਾਨ ਨਵੇਂ ਨੇ ਅੱਜ ਇਸ ਸ਼ੋਅ ਦੇ ਉੱਪਰ ਪ੍ਰਦੀਪ ਜੀ ਵੀ ਨੇ ਨਾਲ ਉਹਨਾਂ ਦੇ ਸਟਾਫ ਹੈ ਇੱਕ ਕੰਟਰੀ ਹੈੱਡ ਨੇ ਇੱਕ ਆਸਟ੍ਰੇਲੀਆ ਹੈੱਡ ਨੇ ਆਸਟ੍ਰੇਲੀਆ ਦੇ ਕੰਟਰੀ ਹੈੱਡ ਔਰ ਇੱਕ ਕੈਨੇਡਾ ਦੇ ਕੰਟਰੀ ਹੈੱਡ ਨੇ ਸੋ ਸ਼ੁਰੂਆਤ ਕਰਾਂਗੇ ਪ੍ਰਦੀਪ ਜੀ ਬਹੁਤ ਬਹੁਤ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਦੂਸਰੇ ਗੈਸਟ ਸਾਡੇ ਨਾਲ ਨੇ ਜਸਲੀਨ ਜਸਲੀਨ ਆਸਟ੍ਰੇਲੀਆ ਦੇ ਹੈੱਡ ਨੇ ਜੀ ਕੰਟਰੀ ਹੈੱਡ ਨੇ ਨਾਲ ਹੀ ਨੇ ਸਾਡੇ ਸਿਮਰਨ ਜੀ ਜੋ ਕਿ ਕੈਨੇਡਾ ਦੇ ਕੰਟਰੀ ਹੈੱਡ ਨੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰਦੀਪ ਜੀ ਸ਼ੁਰੂਆਤ ਕਰਨੀ ਚਾਹੂੰਗਾ ਅੱਜ ਅਸੀਂ ਬੈਠੇ ਹਾਂ ਤਕਰੀਬਨ ਮੇਰੇ ਖਿਆਲ 2 ਫਰਵਰੀ ਹੋ ਗਈ ਹੈ ਮੈਂ ਥੋੜ੍ਹੀ ਜਿਹੀ ਗੱਲ ਕੈਨੇਡਾ ਦੀ ਕਰਨੀ ਚਾਹੂੰਗਾ ਜਿਹੜੇ ਬੱਚੇ ਇਸ ਵਕਤ ਆਪਣੀਆਂ ਆਇਲਸ ਦੀਆਂ ਐਗਜ਼ਾਮਸ ਕਰਕੇ ਟੈਸਟ ਪਾਸ ਕਰਕੇ ਲਾਈਨ 'ਚ ਲੱਗੇ ਨੇ ਕੈਨੇਡਾ ਦੀ ਉਹਨਾਂ ਲਈ ਕੀ ਪੋਸੀਬਿਲਿਟੀ ਦੇਖੀ ਸਰ ਮਈ ਇਨਟੇਕ ਔਰ ਸੈਪਟੰਬਰ ਇਨਟੇਕ ਦੋਨੋਂ ਕੇ ਲਈ ਬੜਾ ਹਾਰਡ ਵਰਕ ਹਮ ਕਰ ਰਹੇ ਹੈ ਔਰ ਗੁੱਡ ਨਿਊਜ਼ ਹੈ ਕਿ ਮਈ ਇਨਟੇਕ ਕੇ ਵੀਜ਼ਾ ਆਨੇ ਸਟਾਰਟ ਹੋ ਚੁੱਕੇ ਹੈ ਅਭੀ ਤਕਰੀਬਨ 10-12 ਬੱਚੋਂ ਕੇ ਹਮਾਰੇ ਵੀਜ਼ਾ ਆ ਚੁੱਕੇ ਹੈ ਜਿਨ ਵਜ੍ਹਾ 2-3 ਬੱਚੋਂ ਕੇ ਮੇਰੇ ਪਾਸ ਯਹਾਂ ਪੇ ਨਾਮ ਵੀ ਹੈ ਜਿਸ ਮੇ ਇੱਕ ਹਰਮਨ ਕੌਰ ਹੈ ਔਰ ਰਿਦਮ ਹੈ ਔਰ ਇੱਕ ਸਟੂਡੈਂਟ ਹੈ ਆਪਣਾ ਪ੍ਰਵੀਨ ਕੁਮਾਰ ਇਨਕੇ ਕੈਨੇਡਾ ਕੇ ਵੀਜ਼ੇ ਆਏ ਹੈ ਇਸ ਕੇ ਇਲਾਵਾ ਆਸਟ੍ਰੇਲੀਆ ਕੇ ਵੀਜ਼ੇ ਹੈ ਜਬ ਆਸਟ੍ਰੇਲੀਆ ਕੀ ਬਾਤ ਹੋਗੀ ਤਬ ਆਸਟ੍ਰੇਲੀਆ ਕੀ ਬਾਤ ਕਰੇਂਗੇ ਤੋ ਜੋ ਸਟੂਡੈਂਟਸ ਅਭੀ ਆਇਲਸ ਕਰ ਚੁੱਕੇ ਹੈ ਜਾਂ ਅਭੀ ਆਪਕੋ ਲੱਗਤਾ ਹੈ ਕਿ ਨੀਅਰ ਬਾਈ ਆਪ ਕਰ ਸਕਤੇ ਹੈ ਤੋ ਮਈ ਇਨਟੇਕ ਆਪਕੇ ਲਈ ਇੱਕ ਸੁਨਹਿਰਾ ਮੌਕਾ ਹੈ ਐਜ ਵੈਲ ਐਜ ਸੈਪਟੰਬਰ ਇਨਟੇਕ ਕੇ ਲਈ ਵੀ ਆਪ ਅਪਲਾਈ ਅਭੀ ਸੇ ਕਰ ਸਕਤੇ ਹੋ ਕਿਉਂਕਿ ਆਜ ਕੇ ਡੇਟ ਮੇ ਮੋਸਟਲੀ ਸਟੂਡੈਂਟਸ ਕੈਨੇਡਾ ਜਾਣਾ ਚਾਹਤਾ ਹੈ ਕੈਨੇਡਾ ਜਾਣਾ ਚਾਹਤਾ ਹੈ ਤੋ ਮੀਨਸ ਇੱਕ ਤਰ੍ਹਾਂ ਸੇ ਕੰਪਟੀਸ਼ਨ ਬਹੁਤ ਜ਼ਬਰਦਸਤ ਹੈ ਕਾਲਜ ਕੇ ਪਾਸ ਲਿਮਿਟਿਡ ਸੀਟ ਹੈ ਖਾਸ ਕਰ ਮਈ ਇਨਟੇਕ ਕੇ ਲਈ ਤੋ ਮੇਰੀ ਆਪ ਸੇ ਰਿਕੁਐਸਟ ਹੈ ਵਿਦਆਊਟ ਐਨੀ ਡਿਲੇ ਜਹਾਂ ਸੇ ਵੀ ਆਪਨੇ ਅਪਲਾਈ ਕਰਨਾ ਹੈ ਪਲੀਜ਼ ਐਜ ਸੂਨ ਐਜ ਪੋਸੀਬਲ ਆਪ ਅਪਲਾਈ ਕਰੋ ਔਰ ਵੈਸਟਰਨ ਓਵਰਸੀਜ਼ ਕੀ ਸਰਵਿਸ ਲੈਣਾ ਚਾਹਤੇ ਤੇ ਇਸਸੇ ਬੜੀ ਬਾਤ ਹੋ ਹੀ ਨਹੀਂ ਸਕਤੀ ਅੱਛੀ ਬਾਤ ਹੈ ਹਮਾਰੇ ਸਾਰੀ ਜਗ੍ਹਾ ਆਫਿਸ ਹੈ ਆਪ ਜਲੰਧਰ ਆਫਿਸ ਮਿਲ ਸਕਤੇ ਹੈ ਕੱਲ ਮੇਰੀ ਪੂਰੀ ਟੀਮ ਜਲੰਧਰ ਵੀ ਹੋਗੀ ਆਪ ਵਹਾਂ ਪੇ ਮਿਲ ਸਕਤੇ ਹੈ ਮੇਰੇ ਸੇ ਇਸ ਕੇ ਇਲਾਵਾ ਚੰਡੀਗੜ੍ਹ ਸੈਕਟਰ 35 ਸੀ ਮੈਂ ਆਫਿਸ ਹੈ ਅੰਬਾਲਾ ਸਿਟੀ ਕੁਰੂਕਸ਼ੇਤਰ ਕਰਨਾਲ ਪਾਨੀਪਤ ਸੋਨੀਪਤ ਆਪ ਕਹੀਂ ਪੇ ਵੀ ਜਹਾਂ ਪੇ ਵੀ ਹੈ ਆਪ ਔਨਲਾਈਨ ਵੀ ਅਪਲਾਈ ਕਰ ਸਕਤੇ ਹੈ ਮੇਰਾ ਵੈਸਟਰਨ ਓਵਰਸੀਜ਼ ਕਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਤੇ ਹੈ ਵੈਸਟਰਨ ਓਵਰਸੀਜ਼ 172 ਕੇ ਨਾਮ ਸੇ ਜਾਂ ਮੇਰੀ ਈਮੇਲ ਆਈ ਡੀ ਹੈ ਪ੍ਰਦੀਪ ਐਟ ਵੈਸਟਰਨ ਹਾਈਫਨ ਓਵਰਸੀਜ਼ ਡੋਟ ਕੋਮ ਇਸ ਪਰ ਡਾਕੂਮੈਂਟਸ ਭੇਜ ਕੇ ਵੀ ਆਪ ਆਪਣੇ ਡਾਕੂਮੈਂਟ ਅਸੈਸ ਕਰਾ ਸਕਤੇ ਹੋ ਇੱਕ ਸਰ ਆਪਕੇ ਇਸ ਚੈਨਲ ਕੇ ਬਾਰੇ ਮੈਂ ਬੋਲਣਾ ਚਾਹੂੰਗਾ ਮਤਲਬ ਆਜ ਕੀ ਡੇਟ ਮੈਂ ਹਮੇ ਇੰਡੀਆ ਮੈਂ ਤੋ ਹੈ ਹੀ ਹੈ ਹਮੇ ਪਾਕਿਸਤਾਨ ਬੰਗਲਾਦੇਸ਼ ਵੀਅਤਨਾਮ ਪਤਾ ਨਹੀਂ ਸ਼੍ਰੀਲੰਕਾ ਕਹਾਂ ਕਹਾਂ ਸੇ ਸਟੂਡੈਂਟਸ ਕੀ ਐਪਲੀਕੇਸ਼ਨ ਆਜ ਕੀ ਡੇਟ ਮੈਂ ਡਿਊ ਟੂ ਦਿਸ ਚੈਨਲ ਵਿਦੇਸ਼ੋ ਸੇ ਯਾ आप कर सकते हो दूसरे देश की एप्लीकेशन देखिए कर सकते हैं हम ऑथराइज हैं दूसरे उसके लिए बट ऐसा है कि जिस एम्बेसी का मान लो किसी कंट्री में दूसरे कंट्री की बात करें मान लो वहां एम्बेसी नहीं है जैसे नेपाल में खासकर काफी का एम्बेसी की नहीं है काफी एम्बेसी नहीं है तो डेफिनेटली उसका ज्यूरिडिक्शन इंडिया ही पड़ता है तो हम कर सकते हैं पाकिस्तान में फिर वही बात है पाकिस्तान के रूल समझ के हमें यहीं से स्टूडेंट्स को असेस करके सारी चीजें बता के स्टूडेंट ने वहीं से फाइल लगा एक इंटरनेशनल स्टाफ फाइल ऑस्ट्रेलिया की गल करते हैं जसलीन तुहाडे वल आऊंगा ऑस्ट्रेलिया कैनेडा जिन्ना ਮੈਂ ਕਹੂੰਗਾ ਲੋਕਾਂ ਦੇ ਡਿਮ ਦੇ ਵਿੱਚ ਹੈ ਕਿ ਜਿੰਨਾ ਕੈਨੇਡਾ ਜਾਣਾ ਲੋਕਾਂ ਨੇ ਓਨਾ ਹੀ ਉਹਨਾਂ ਨੇ ਆਸਟ੍ਰੇਲੀਆ ਅੱਜ ਦੀ ਡੇਟ ਦੇ ਵਿੱਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਦੋਂ ਬੱਚਾ ਆਉਂਦਾ ਹੈ ਕੀ ਕਹਿੰਦੇ ਉਹਨੂੰ ਬੱਚੇ ਦੇ ਸਵਾਲ ਕੀ ਹੁੰਦੇ ਹੈ ਔਰ ਕਿੰਨੇ ਪਰਸੈਂਟ ਸਕਸੈਸ ਰੇਟ ਇਸ ਵਕਤ ਚੱਲ ਰਿਹਾ ਸਰ ਅੱਜ ਦੀ ਰੇਟ 'ਚ ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਹੈ ਉਹ ਟੋਟਲੀ ਡਿਪੈਂਡ ਕਰਦਾ ਹੈ ਬੱਚੇ ਦੀ ਪ੍ਰੋਫਾਈਲ ਕਿਸ ਤਰ੍ਹਾਂ ਹੈ ਠੀਕ ਹੈ ਜੇ ਬੱਚਾ ਜੀ ਟੀ ਕ੍ਰਾਈਟੀਰੀਆ ਮੀਟ ਕਰਦਾ ਹੈ ਤਾਂ ਡੈਫੀਨੇਟਲੀ ਉਹਦਾ ਵੀਜ਼ਾ ਆਏਗਾ ਠੀਕ ਹੈ ਕੁਛ ਤਰੀਕੇ ਨਾਲ ਬੱਚਿਆਂ ਦੀ ਪ੍ਰੋਫਾਈਲ ਨੂੰ ਐਕਸੈਸ ਕੀਤਾ ਜਾਂਦਾ ਹੈ ਜੇ ਬੱਚਾ ਇੱਕ ਅੱਛੇ ਕਾਲਜ ਦੇ ਵਿੱਚ ਪੜ੍ਹਨ ਜਾ ਰਿਹਾ ਇੱਕ ਸਪੈਸ਼ਲਾਈਜ਼ਡ ਕੋਰਸ ਲੈ ਰਿਹਾ ਤਾਂ ਡੈਫੀਨੇਟਲੀ ਵੀਜ਼ਾ ਆਏਗਾ ਪਰਸੈਂਟੇਜ ਅੱਛੀ ਹੋਣੀ ਚਾਹੀਦੀ ਹੈ ਬੈਂਡ ਸਕੋਰ ਅੱਛਾ ਹੋਣਾ ਚਾਹੀਦਾ ਤੇ ਮੁੱਖ ਦੀ ਗੱਲ ਇਹ ਹੈ ਕਿ ਬੱਚਾ ਖੁਦ ਕੰਫੀਡੈਂਟ ਹੋਣਾ ਚਾਹੀਦਾ ਜੀ ਇਸ ਲਈ ਤੁਸੀਂ ਦੋ ਚੀਜ਼ਾਂ ਬੋਲੀਆਂ ਕਿ ਜੀਟੀ ਠੀਕ ਹੋਵੇ ਸਪੈਸ਼ਲਾਈਜ਼ਡ ਕੋਰਸ ਹੋਵੇ ਜੀਟੀ ਦੇ ਵਿੱਚ ਕੀ ਕੁਝ ਆ ਜਾਂਦਾ ਜੀਟੀ ਦੇ ਵਿੱਚ ਇੱਕ ਤਾਂ ਬੱਚੇ ਦੀ ਪਰਸੈਂਟੇਜ ਆ ਜਾਂਦੀ ਹੈ ਬੱਚੇ ਦੇ ਅਕੈਡਮਿਕਸ ਹੁੰਦੇ ਆ ਬੱਚੇ ਦੀ ਇੰਟੈਂਸ਼ਨ ਕੀ ਹੈ ਜਾਣ ਦੀ ਕਿਤੇ ਉਹ ਪੀਆਰ ਲਈ ਤਾਂ ਨਹੀਂ ਜਾਣਾ ਚਾਹ ਰਿਹਾ ਕਿ ਉਹਦਾ ਸਿਰਫ ਕੰਮ ਕਰਨਾ ਹੀ ਮੋਟਿਵ ਤਾਂ ਨਹੀਂ ਹੈ ਇਹ ਸਭ ਚੀਜ਼ਾਂ ਸਰ ਦੇਖੀਆਂ ਜਾਂਦੀਆਂ ਇੰਟੈਂਸ਼ਨ ਨੂੰ ਕਲੀਅਰ ਐਸਓਪੀ ਚ ਕੀਤਾ ਜਾਂਦਾ ਜੀ ਸਰ ਜੀ ਇਹ ਇਨਕੇ ਵੀਜ਼ੇ ਆਏ ਆ ਪਲੀਜ਼ ਅਨਾਉਂਸ ਕਰੇਂਗੇ ਤਾਂ ਬੈਟਰ ਜੀ ਸਰ ਸਾਡੇ ਲਾਸਟ ਵੀਕ ਹੀ ਦੋ ਵੀਜ਼ਾਸ ਆਏ ਹੈ ਇੱਕ ਦਾ ਨਾਮ ਸਾਹਿਲ ਹੈ ਤੇ ਇੱਕ ਦਾ ਨਾਮ ਰੂਪੇਸ਼ ਹੈ ਦੋਨੋਂ ਦੇ ਸਰ 6 ਬੈਂਡ ਸੀਗੇ ਤੇ ਕਾਫੀ ਅੱਛੀ ਪਰਸੈਂਟੇਜ ਹੈ ਜੀ ਸਰ ਦੋਨੇ ਹੀ ਬੈਚਲਰ ਡਿਗਰੀ ਦੇ ਵਿੱਚ ਵੀਜ਼ਾਸ ਆਏਗੇ ਤਾਂ ਮੇਰੀ ਆਪ ਸੇ ਰਿਕੁਐਸਟ ਹੈ ਸਰ ਮਤਲਬ ਇਸ ਸ਼ੋਅ ਮੇ ਤਕਰੀਬਨ 2 ਮਿੰਟ ਇੱਕ ਸਟੂਡੈਂਟਸ ਕੇ ਟੈਸਟਿਮੋਨੀਅਲ ਕੇ ਲਈ ਵੀ ਜ਼ਰੂਰ ਲੈਣਾ ਪਲੀਜ਼ ਇਨੀ ਸਟੂਡੈਂਟਸ ਕੇ ਜੋੜੇ ਲੈ ਲੈਣੇ ਜੀ ਜੀ ਉਹਨੇ ਲੈ ਲੈਣੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਗੱਲਬਾਤ ਜਾਰੀ ਰੱਖਾਂਗੇ ਇਟਸ ਪ੍ਰਦੀਪ ਬਾਲਨ ਅੱਜ ਮੇਰੇ ਸਾਥ ਹੈ ਅਮਨ ਜੀ ਜੋ ਕਿ ਡਾਇਰੈਕਟਰ ਹੈ ਕਰਨਾਲ ਬ੍ਰਾਂਚ ਕੇ ਔਰ ਮੇਰੇ ਸਾਥ ਇੱਕ ਸਟੂਡੈਂਟ ਹੈ ਜਿਸ ਕਾ ਵੀ ਰੀਸੈਂਟਲੀ ਵੀਜ਼ਾ ਆਇਆ ਹੈ ਰੂਪੇਸ਼ ਕੁਮਾਰ ਕਾ ਆਸਟ੍ਰੇਲੀਆ ਕਾ ਰੂਪੇਸ਼ ਬਿਲੋਂਗ ਕਰਤਾ ਹੈ ਪਾਨੀਪਤ ਸੇ ਔਰ ਉਹਨੇ ਕਰਨਾਲ ਬ੍ਰਾਂਚ ਸੇ ਆਪਣਾ ਵੀਜ਼ਾ ਅਪਲਾਈ ਕੀਆ ਥਾ अपना ऑस्ट्रेलिया का ही गोड़ता वीजा तो ये वीजा मैं रुपेश जी को दे रहा हूँ तो रुपेश जी आप क्या बोलना चाहेंगे प्लीज हेलो गाइस माय नेम इज रुपेश एंड आई एम फ्रॉम पानीपत
And first of all, I want to thank all the staff of Western Overseas. They helped me a lot in my entire process. But मैं ये भी आप लोगों को कहना चाहूँगा, starting में जब मेरा plan बना बाहर जाने का, तो first of all मैं Western Overseas आया, because मुझे बहुत सारे लोगों ने recommend किया that Western Overseas is good as compared to any other institute. तो मैं यहाँ आया, उसके बाद मैंने demo class ली, and the demo class was superb. After that, I decided to take coaching from Western Overseas itself. एंड उसके बाद मैंने एक महीने की कोचिंग ली एंड आई गॉट 7 बैंड्स फ्रॉम वेस्टर्न ओवरसीज ओनली एंड द स्टाफ वाज वेरी हेल्पफुल. और उसके बाद मेरे मन में एक बहुत बड़ा क्वेश्चन था कि अब मुझे बैंड्स तो आ गए हैं मेरे, लेकिन अब मैं वीजा कहाँ से लगवाऊँ. तो जब मैं कोचिंग ले रहा था तो मैंने देखा कि यहाँ बहुत वीजा आते हैं एंड पीपल आर वेरी हैप्पी गेटिंग वीजा फ्रॉम हियर एंड वो कहते हैं कि बहुत अच्छा रिस्पॉन्स मिलता है हमें स्टाफ से. आफ्टर दैट मैंने डिसाइड कर लिया, मैंने अपने फादर साहब को कहा कि हम यहीं से वीजा लगवाएंगे. और जब मेरा वीजा लग रहा था तो बहुत अच्छा लगा, स्टाफ ने मेरी हेल्प करी, इंट्रो मतलब जितना भी था एम्बेसी के बारे में सब कुछ बताया एंड द प्रोसेस वाज वेरी गुड एंड विद इन 15 वर्किंग डेज मेरा वीजा आ गया. तो गाइस आई विल रिकमेंड यू टू कम टू वेस्टर्न ओवरसीज इफ यू हैव एनी क्वेरी रिगार्डिंग एम्बेसी, रिगार्डिंग वीजा और रिगार्डिंग आयल्स. वेस्टर्न ओवरसीज इज वेरी गुड एंड आई विल रिकमेंड यू टू कम हियर सो दैट यू कैन मेक योर करियर ब्राइट एंड योर फ्यूचर ब्राइट. सो ये मेरा वीजा है और ये मेरा वीजा 15 दिन के अंदर आ गया था. और मैं सर का थैंक यू करना चाहता हूँ, अमन सर का और प्रदीप सर का, जिन्होंने मेरी हेल्प करी और जिन्होंने मेरा फ्यूचर बनाया. तो दोस्तों यहाँ पे एक चीज मैं जरूर ऐड करना चाहूंगा, जो बच्चा हमारे से आयल्स करता है तो टाइम टू टाइम हमारा एक प्रोसेस चलता है कि जब बच्चा आयल्स कर रहा है इट मीन्स उसको एक महीना, दो महीना, तीन महीना लगना ही होता है. तो इन मेन टाइम जब ये एक महीना, दो महीना, तीन महीने लग रहे हैं तो इसमें हमने आयल्स की प्रिपरेशन तो अच्छी करानी करानी है, क्योंकि हमें पता है इस बच्चे का वीजा भी लगना है. साथ साथ में हम बच्चों को विद इन दिस टाइम सारी की सारी चेकलिस्ट प्रोवाइड करते हैं. टाइम टू टाइम अमन सर हैं या मैं हैं या अदर काउंसलर्स हैं, टाइम टू टाइम स्टूडेंट्स के पास पहुंचते हैं, बच्चों को बताते हैं आपने कनाडा जाना है तो इस टाइप के डॉक्यूमेंट रिक्वायर्ड है, ऑस्ट्रेलिया जाना है तो ये डॉक्यूमेंट रिक्वायर्ड है, इतने आपको फंड्स चाहिए, ये तीन महीने फंड्स चाहिए या एक महीने पुराने चाहिए. तो मतलब अगर हम बच्चों को इस तरह से प्रिपेयर करते हैं तो डेफिनेटली स्टूडेंट्स को कोई प्रॉब्लम नहीं रहती है और उसका वीजा आता है. इसी परिणाम स्वरूप ये एक रुपेश है, क्योंकि जब इन्होंने एडमिशन लिया तो एक महीना हमारे यहाँ स्पेंड किया था. इन मीन टाइम हमको टाइम टू टाइम बताते रहे कि बेटा आपके फादर के पैन कार्ड, मदर का पैन कार्ड और जो ब्रदर सिस्टर जो आपके पास है, आपकी फैमिली में है, उन सबके पैन कार्ड, तहसीलदार इनकम सर्टिफिकेट, फंडिंग 22-23 लाख की फंडिंग चाहिए तो वो कितनी पुरानी चाहिए, किस किस बोर्ड में हो सकती है. हेलो, आई एम साहिल फ्रॉम रामपुरा. आई गॉट माय वीजा विद इन 20 डेज फ्रॉम वेस्टर्न ओवरसीज. फर्स्टली माय बैंड स्कोर वाज 5.5 बैंड्स, बट व्हेन आई केम टू द वेस्टर्न ओवरसीज स्टडी अब्रॉड दे एडवाइज मी फॉर रियाज. Then finally I got my satisfactory band score which is 6 bands and I lost my visa file through Western Overseas Study Abroad. They helped me a lot and the director and the team is very cooperative and they helped me with the German guidance and step by step. I'm very thankful to the Western Overseas for my visa approval. Thank you so much. My name is Praveen Kumar. I'm from Mazar Udan, District Karnal. मैं सभी बच्चों से ये बोलना चाहता हूँ कि जो भी यहाँ जो वीज़ा लगवाना चाहते हैं, अपना फ्यूचर बढ़ाना चाहते हैं, एक बार वेस्टर्न ओवरसीज़ की विजिट ज़रूर करें. मैंने यहाँ पर मेरी मासी का लड़का है जिसका नाम है सावन कुमार, उसके साथ विजिट की थी एक महीना पहले, 2 जनवरी 2017. एंड जब मैं यहाँ मिला स्पेशल नेहा मैम, उन्होंने मेरे को सलाह दी कि आप कैसे अपना वीज़ा लगवा सकते हो कैनेडा का. एंड तो जब मैंने नेहा मैम की बातें सुनी, सलाह सुनी, मेरे को फील हुआ कि ये मैम मेरा वीज़ा लगवा सकती हैं. और मैंने अपने बीटेक 2014 में कंप्लीट की थी, बैकलॉग की वजह से मेरी 2016 में कंप्लीट हुई, उसके बावजूद मैम ने मेरी फाइल ली और मुझे वीज़ा दिलवाया विद इन 5 डेज. एंड ओवरऑल मेरा स्कोर 6 बैंड था और 6 बैंड पे मैम ने मेरे को कनाडा का वीज़ा दिया 5 दिन में. मैं सभी बच्चों को ये बोलना चाहता हूँ जो भी फ्यूचर में बाहर जाना चाहते हैं, स्पेशली कनाडा, ऑस्ट्रेलिया, न्यूजीलैंड या किसी भी कंट्री, वो एक बार कम से कम वेस्टर्न ओवरसीज की विजिट ज़रूर करें, क्योंकि यहाँ पर जो सलाह दी जाती है वो 100% सही दी जाती है. और मेरा मानना यह है, यह मेरा पर्सनल एक्सपीरियंस है, मैंने देखा है बच्चों को जो भी यहाँ आता है, जिसकी फाइल मैम लेती है और 100% वीज़ा सभी का आता है. मेरे सामने जितने बच्चों ने भी यहाँ पर फाइल सबमिट की उनका वीज़ा आया है और जल्दी आया है. मैं सभी को बोलना चाहता हूँ जो भी फ्यूचर में बाहर जाना चाहते हैं, एक बार कम से कम वेस्टर्न ओवरसीज की विजिट ज़रूर करें.
एंड आई मैं सभी वेस्टर्न ओवरसीज के स्टाफ मेंबरों का धन्यवाद करना चाहता हूँ और स्पेशली नेहा मैम उनका तो जरूर थैंक यू मैम। मैंने यहाँ पीजे के लिए भेजा, मेरे मौसी के लड़के ने हमारे को बोला है, सावन कुमार उसका नाम है, उसने बहुत ही अच्छी तरीके अच्छी से कागज सब लिए हैं, जो फाइल ली उसके पांच ही दिन में वीजा लेके दे दिया। सो टेस्टिमोनियल असी दिखा चुके हैं, प्रदीप जी ने डिमांड सी कि इन्हें ही बच्चों की टेस्टिमोनियल दिखाई जान। दूसरे मेहमान साढ़े नाल जुड़े हुए हैं जी, सिमरन जी कैनेडा की गल करेंगे। सिमरन जी, तुहानू तो मेरे वेल मिलदी नहीं होनी, पूरा पंजाब ਆਉਂਦਾ ਹੋਣਾ ਕੈਨੇਡਾ ਜਾਣ ਲਈ। ਯੈਸ ਸਰ, ਬਿਲਕੁਲ ਹੀ ਇੱਦਾਂ ਆ ਕਿ ਸਵੇਰੇ ਤੋਂ ਜਦੋਂ ਤੋਂ ਕਾਉਂਸਲਿੰਗ ਸਟਾਰਟਸ ਹੋ ਜਾਂਦੀ ਆ, ਨਹੀਂ ਤਾਂ ਲਾਈਕ ਇੱਧਰ ਰਹਿੰਦਾ ਕਈ ਵਾਰੀ ਮੈਨੂੰ ਆਪਣੇ ਸਟਾਫ ਨਾਲ ਵੀ ਗੱਲ ਕਰਨ ਦਾ ਟਾਈਮ ਨਹੀਂ ਮਿਲਦਾ ਅਤੇ ਬੱਚਿਆਂ ਦੀ ਲਾਈਕ ਡਿਮਾਂਡ ਇੰਨੀ ਜ਼ਿਆਦਾ ਅੱਛੀ ਹੈ ਕਿ ਲਾਈਕ ਮੋਗਾ ਬਠਿੰਡਾ ਫਿਰੋਜ਼ਪੁਰ ਜੋ ਕਿ ਜੋ ਮੇਨ ਕੈਨੇਡਾ ਦੀ ਮਾਰਕੀਟ ਆ, ਉੱਥੋਂ ਦੀ ਸਟੂਡੈਂਟਸ ਜਦੋਂ ਸਵੇਰ ਤੋਂ ਚੱਲਦਾ ਹੈ ਤਾਂ ਸਟੂਡੈਂਟ ਦੇ ਦਿਲ 'ਚ ਇੱਕ ਡ੍ਰੀਮ ਹੁੰਦਾ ਹੈ ਕਿ ਅੱਜ ਮੇਰਾ ਕੈਨੇਡਾ ਦਾ ਸੁਪਨਾ ਜਿਹੜਾ ਜਾਣਦਾ ਹੈਗਾ, ਮੈਨੂੰ ਉਹ ਸਾਕਾਰ ਮਿਲਣਾ ਚਾਹੀਦਾ ਕਿਸੇ ਨਾ ਕਿਸੇ ਅੱਛੇ ਐਜੂਕੇਸ਼ਨ ਕੰਸਲਟੈਂਟ ਕੋਲੋਂ। ਅਤੇ ਜਿੱਦਾਂ ਹੀ ਉਹਨਾਂ ਦੀ ਪ੍ਰੋਫਾਈਲ ਮੈਂ ਦੇਖਦੀ ਹਾਂ, ਪ੍ਰੋਫਾਈਲ ਦੇ ਅਕੋਰਡਿੰਗਲੀ ਉਹਨਾਂ ਨੂੰ ਐਨਾਲਾਈਜ਼ ਕਰਕੇ ਸਾਰਾ ਕੁਝ ਦੱਸੀਦਾ ਵੀ ਤੁਸੀਂ ਕਿਹੜੇ ਕੋਰਸ ਲਈ ਜਾ ਸਕਦੇ ਹੋ, ਕਿਹੜੀ ਤੁਹਾਡੀ ਪ੍ਰੋਵਿੰਸ ਮਤਲਬ ਸਿਲੈਕਸ਼ਨ ਹੈਗੀ ਆ, ਅਤੇ ਉਹਦੇ ਅਕੋਰਡਿੰਗਲੀ ਮੈਂ ਉਹਨਾਂ ਨੂੰ ਗਾਈਡ ਕਰਦੀ ਹਾਂ ਅਤੇ ਅਕੋਰਡਿੰਗਲੀ ਉਹਨੂੰ ਦੱਸਦੀ ਵੀ ਹਾਂ ਕਿ ਤੁਹਾਡੇ ਕੀ ਲਰਨਿੰਗ ਆਊਟਕਮਸ ਹੈਗੇ ਨੇ। ਅਗਰ ਤੁਸੀਂ ਇਸ ਕੋਰਸ ਨੂੰ ਚੂਜ਼ ਕਰਦੇ ਹੋ ਤਾਂ ਫਰਦਰ ਤੁਹਾਨੂੰ ਕੀ ਮਤਲਬ ਲਰਨਿੰਗ ਆਊਟਕਮਸ ਮਿਲਣਗੇ, ਅਤੇ ਉਸ ਤੋਂ ਬਾਅਦ ਆਫਟਰ ਦੈਟ ਅਗਰ ਤੁਸੀਂ ਇੰਡੀਆ ਦੇ ਵਿੱਚ ਆ ਕੇ ਵੀ ਕੁਝ ਆਪਣਾ ਫਿਊਚਰ ਅਗਰ ਲੈਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੀ ਕਰੀਅਰ ਪ੍ਰੋਸਪੈਕਟਸ ਮਿਲ ਜਾਣਗੇ। ਜੀ ਸਰ, ਇੱਕ ਸਵਾਲ ਬੜਾ ਇੰਪੋਰਟੈਂਟ, ਜਦੋਂ ਬੱਚਾ ਆਉਂਦਾ ਆਸਟ੍ਰੇਲੀਆ 'ਚ ਉਹਦੇ ਪਹਿਲੇ ਸਵਾਲ ਹੁੰਦੇ ਨੇ ਜੀ ਵੀਜ਼ਾ ਲੱਗੇਗਾ, ਪੀ ਆਰ ਹੋ ਜੂਗੀ, ਇਸ ਤਰ੍ਹਾਂ ਦੇ। ਕੈਨੇਡਾ 'ਚ ਬੜੀਆਂ ਪੋਲਿਸੀਜ਼ ਕਲੀਅਰ ਨੇ, ਫਿਰ ਵੀ ਬੱਚਾ ਜਿਹੜਾ ਹੈਗਾ, ਜਿਵੇਂ ਤੁਸੀਂ ਸਪੈਸ਼ਲੀ ਦੁਆਬਾ ਔਰ ਮਾਲਵੇ ਦੀ ਕੁਝ ਬੈਲਟ ਦਾ ਜ਼ਿਕਰ ਕੀਤਾ ਜਿਹੜਾ ਤੁਹਾਡੇ ਕੋਲ ਆਉਂਦਾ ਹੈਗਾ, ਉਹਦੇ ਕੁਐਸਚਨ ਕੀ ਹੁੰਦੇ ਨੇ ਕੈਨੇਡਾ ਪ੍ਰਤੀ, ਕੀ ਕੁਐਸਚਨ ਹੈ ਬੱਚੇ ਦਾ? ਕੈਨੇਡਾ ਦਾ ਪ੍ਰਤੀ ਬੇਸਿਕਲੀ ਇੱਕ ਤਾਂ ਮੇਨ ਕੁਐਸਚਨ ਇਹੋ ਆਉਂਦਾ ਹੈ ਕਿ ਮੈਮ ਉੱਥੇ ਜਾ ਕੇ ਸਾਨੂੰ ਜੋ ਅਸੀਂ ਕੋਰਸ ਲੈ ਰਹੇ ਹਾਂ ਉਹਦੇ ਵਿੱਚ ਪ੍ਰੈਕਟੀਕਲ ਸਕਿੱਲਸ ਦੀ ਨੌਲੇਜ ਦੀ ਗੱਲ ਕੀਤੀ ਜਾਂਦੀ ਆ। ਆਪਾਂ ਜਿਹੜਾ ਇੱਧਰ ਦਾ ਆਪਣਾ ਅਗਰ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਤਾਂ ਅਸੀਂ ਬੇਸਿਕਲੀ ਥੋਰੈਟੀਕਲ ਪਾਰਟ ਨੂੰ ਜ਼ਿਆਦਾ ਫੋਕਸ ਕਰਦੇ ਹਾਂ, ਬਟ ਉਹਨਾਂ ਦੇ ਕੋਲ ਜਿਹੜੀ ਵੀ ਐਜੂਕੇਸ਼ਨ ਹੈਗੀ ਆ ਹਰ ਕੋਰਸ ਦੇ ਵਿੱਚ ਉਹ ਕੋਅਪ ਪ੍ਰੋਵਾਈਡ ਕਰਦੇ ਨੇ, ਕੋਅਪ ਵਰਕ ਪਲੇਸਮੈਂਟਸ ਵੀ ਪ੍ਰੋਵਾਈਡ ਕਰਦੇ ਨੇ, ਅਤੇ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਮੈਂ ਇਹ ਗਾਈਡ ਕਰਦੀ ਹਾਂ ਕਿ ਤੁਹਾਡੀ ਬੇਸਿਕਲੀ ਜਿਹੜੀ ਇੰਟਰਨਸ਼ਿਪਸ ਜਿਹੜੀਆਂ ਹੋਣਗੀਆਂ ਉੱਥੇ ਉਹ ਤੁਹਾਡੇ ਵਿੱਚ ਜਿਹੜੇ ਐਕਵਾਇਰਡ ਸਕਿੱਲਸ ਹੋਣਗੇ ਉਹਨਾਂ ਵਿੱਚ ਯੂਜ਼ ਕਰਨ ਦੀ ਤੁਸੀਂ ਮਤਲਬ ਕੈਪੇਬਿਲਿਟੀ ਰੱਖ ਸਕਦੇ ਹੋ। ਬੱਚਾ ਇਸ ਚੀਜ਼ ਨੂੰ ਪੋਜ਼ਿਟਿਵ ਲੈਂਦਾ ਹੈ ਕਿ ਕੈਨੇਡਾ 'ਚ ਪ੍ਰੈਕਟੀਕਲ ਜ਼ਿਆਦਾ? ਬਿਲਕੁਲ ਸਰ, ਬਿਲਕੁਲ ਬਿਲਕੁਲ। ਅਗਰ ਬੱਚੇ ਦੀ ਅਕੈਡਮਿਕਲੀ ਪ੍ਰੋਫਾਈਲ ਵਧੀਆ ਨਹੀਂ ਹੈਗੀ ਅਤੇ ਉਹਦੇ ਅਕੋਰਡਿੰਗ ਥੋੜ੍ਹਾ ਬੱਚੇ ਨੂੰ ਡਰ ਵੀ ਲੱਗਦਾ ਹੈ ਕਿ ਮੈਮ ਅਗਰ ਫਸਟ ਸਮੈਸਟਰ ਦੇ ਵਿੱਚ ਜਾ ਕੇ ਮੈਨੂੰ ਜਾਂਦਾ ਸਰ ਸਟੱਡੀ ਥੋੜ੍ਹੀ ਟਫ ਲੱਗਦੀ ਹੈ ਜਾਂ ਹਾਰਡ ਲੱਗਦੀ ਹੈ, ਅਤੇ ਉਹਦੇ ਅਕੋਰਡਿੰਗਲੀ ਮੈਂ ਕਿਵੇਂ ਮੈਮ ਉਹਨੂੰ ਮਤਲਬ ਪ੍ਰੈਕਟੀਕਲ 'ਚ ਕਰ ਪਾਊਂਗਾ। ਲੇਕਿਨ ਇਹ ਹੈ ਕਿ ਜੋ ਐਜੂਕੇਸ਼ਨ ਉੱਥੇ ਦੇ ਪ੍ਰੋਵਾਈਡਰਸ ਹੈਗੇ ਨੇ, ਜੋ ਉੱਥੇ ਦੇ ਐਡਮਿਨਿਸਟ੍ਰੇਸ਼ਨ ਮਤਲਬ ਕਿ ਇੰਟਰਨੈਸ਼ਨਲ ਐਡਮਿਨਿਸਟ੍ਰੇਸ਼ਨ ਜੋ ਕੋਆਰਡੀਨੇਟਰਸ, ਉਹ ਬੱਚਿਆਂ ਨੂੰ ਪ੍ਰੋਪਰ ਗਾਈਡ ਕਰਦੇ ਨੇ, ਉਹਨਾਂ ਦੇ ਰਿਗਾਰਡਿੰਗ ਮਤਲਬ ਸਾਰੀ ਇੱਕ ਇੱਕ ਚੀਜ਼ ਉਹਨਾਂ ਨੂੰ ਦੱਸੀ ਜਾਂਦੀ ਆ ਜੀ, ਅਤੇ ਉਹਦੇ ਵਿੱਚ ਮਤਲਬ ਸਟੂਡੈਂਟ ਬਹੁਤ ਸੈਟਿਸਫੈਕਸ਼ਨ ਰੱਖਦਾ ਆ। ਸ਼ਡਿਊਲ ਥੋੜ੍ਹਾ ਜਿਹਾ ਬੋਲੂੰਗਾ ਜੀ, ਦੋ ਸੈਮੀਨਾਰ ਵੈਸਟਰਨ ਓਵਰਸੀਜ਼ ਵੱਲੋਂ ਔਰਗਨਾਈਜ਼ ਕੀਤੇ ਜਾ ਰਹੇ ਨੇ। ਪਹਿਲਾ ਤਾਂ ਹੈਗਾ 14 ਫਰਵਰੀ ਨੂੰ ਕਾਲਜ ਆਫ ਦਾ ਰੌਕੀ ਜਲੰਧਰ, 11 ਤੋਂ 1 ਵਜੇ ਤੱਕ। ਦੂਸਰਾ, ਇਹ ਜਿਹੜਾ ਦੂਸਰਾ ਮੈਂ ਅਨਾਊਂਸ ਕਰਨ ਲੱਗ ਰਿਹਾ, ਸਪੈਸ਼ਲੀ ਬਹੁਤ ਇੰਪੋਰਟੈਂਟ ਤੁਹਾਡੇ ਲਈ ਸੈਮੀਨਾਰ ਹੈ, ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਆਪ ਖੁਦ ਇਸ ਕਾਲਜ ਦੇ ਵਿੱਚ ਵਿਜ਼ਿਟ ਕੀਤਾ, ਇਸ ਕਾਲਜ ਦੀ ਡਾਕੂਮੈਂਟਰੀ ਬਣਾਈ ਹੈ, ਬਹੁਤ ਸੋਹਣਾ ਕਾਲਜ ਔਰ ਰੈਪੂਟੇਟਿਡ ਕਾਲਜ ਹੈਗਾ। ਜੇ ਤੁਹਾਡਾ ਆਸਟ੍ਰੇਲੀਆ ਜਾਣ ਦਾ ਮਨ ਹੈ, ਮੈਂ ਵੈਸਟਰਨ ਓਵਰਸੀਜ਼ ਨੂੰ ਪ੍ਰਮੋਟ ਨਹੀਂ ਕਰ ਰਿਹਾ, ਪਰ ਇੱਥੇ ਮੈਂ ਇਹਨਾਂ ਦੀ ਇਸ ਗੱਲੋਂ ਤਾਰੀਫ ਕਰੂੰਗਾ ਕਿ ਇਸ ਤਰ੍ਹਾਂ ਦੇ ਕਾਲਜ ਆਉਣੇ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਔਰ ਅੱਛੀ ਗੱਲ ਹੈਗੀ ਹੈ, ਦਸਤਕ ਦਿੰਦੇ ਨੇ ਆ ਕੇ, ਬਹੁਤ ਪ੍ਰੈਕਟੀਕਲ ਨੌਲੇਜ ਉੱਥੇ ਰੱਖੀ ਜਾਂਦੀ ਹੈ। 23 ਫਰਵਰੀ ਨੂੰ ਕੈਂਗਨ ਕਾਲਜ ਮੈਲਬੋਰਨ ਦਾ, ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ, ਬਹੁਤ ਖੂਬਸੂਰਤ ਕਾਲਜ ਔਰ ਉਹ ਖੂਬਸੂਰਤ ਲੋਕੇਸ਼ਨ ਦੇ ਉੱਪਰ ਬਣਿਆ ਹੋਇਆ, ਬਹੁਤ ਵਧੀਆ ਵਧੀਆ ਪ੍ਰੈਕਟੀਕਲ, ਇੰਨੀਆਂ ਮਹਿੰਗੀਆਂ ਕਾਰਾਂ ਸ਼ਾਇਦ ਅਸੀਂ ਇੰਡੀਆ 'ਚ ਦੇਖੀ ਨਹੀਂ ਹੋਣੀਆਂ ਜਿੰਨੀਆਂ ਉੱਥੇ ਖੋਲ੍ਹ ਕੇ ਤੁਹਾਨੂੰ ਦਿਖਾ ਦਿੱਤੀਆਂ ਜਾਂਦੀਆਂ ਹੈਗੀਆਂ। 23 ਤਰੀਕ ਨੂੰ ਹੈ ਜੀ ਕੈਂਗਨ ਕਾਲਜ ਹੈ, ਜਿਹੜਾ ਕਿ ਚੰਡੀਗੜ੍ਹ ਔਨ ਸਪੋਟ ਐਡਮਿਸ਼ਨ ਹੋ ਸਕਦੀ ਹੈ, ਔਰ 10 ਵਜੇ ਤੋਂ ਇਹ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਸੈਮੀਨਾਰ ਹੈ ਇਹ ਸ਼ੁਰੂ ਹੋ ਜੂਗਾ, ਇਹਦੇ ਵਿੱਚ ਤੁਸੀਂ ਜਾ ਸਕਦੇ ਹੋ। ਸੋ ਆਸਟ੍ਰੇਲੀਆ ਜਾਣ ਵਾਲੇ ਬੱਚੇ ਨੂੰ ਮੈਂ ਸਪੈਸ਼ਲੀ, ਮੈਂ ਅੱਜ ਤੱਕ ਅਨਾਊਂਸਮੈਂਟ ਦੇ ਵਿੱਚ ਕਦੇ ਆਪਣੇ ਵੱਲੋਂ ਨਹੀਂ ਕਿਹਾ, ਜੇ ਮੈਂ ਆਪਣੇ ਵੱਲੋਂ ਕਹਿ ਰਿਹਾ ਕਿ ਇਸ ਕਾਲਜ ਦੇ ਵਿੱਚ ਵਿਜ਼ਿਟ ਜ਼ਰੂਰ ਕਰਕੇ ਆਓ ਇੱਕ ਵਾਰੀ ਜੇ ਤੁਹਾਡਾ ਮਨ ਆਸਟ੍ਰੇਲੀਆ ਜਾਣ ਦਾ ਹੈਗਾ। ਸੋ ਪ੍ਰਦੀਪ ਜੀ, ਕੈਂਗਨ ਕਾਲਜ ਸਪੈਸ਼ਲ ਆ ਰਿਹਾ, ਇੱਕ ਤਾਂ ਬਹੁਤ ਅੱਛਾ ਲੱਗਿਆ ਤੁਸੀਂ ਅੱਛੇ ਕਾਲਜਸ ਲੈ ਕੇ ਆ ਰਹੇ ਹੋ, ਕੈਂਗਨ ਦੀਆਂ ਕੁਛ ਹੋਰ ਖਾਸ ਖੂਬੀਆਂ? देखिए सर, कैंगन कॉलेज जैसे आपने बताया गवर्नमेंट कॉलेज है, और मैं भी 2013 और 14 में यहाँ पे मैंने टाइम टू टाइम विजिट किया है, बहुत बढ़िया कॉलेज है। प्रैक्टिकली ये लोग एजुकेशन देते हैं, इनके पास एडवांस डिप्लोमा भी है, फिर डिप्लोमा लीडिंग टू डिग्री भी है, इनका पाथवे विक्टोरिया यूनिवर्सिटी और लाटो यूनिवर्सिटी के साथ है। ऑन स्पॉट एडमिशन है दोस्तों 23 फरवरी को सुबह 10 बजे मेरे ऑफिस में ऑन स्पॉट एडमिशन स्टार्ट हो जाएगा। यूएन के कॉलेज खुद बोल रहा है कि अगर आप 12th पास कर रहे हो, अभी 12th के अगर आपने एग्जाम देने हैं तो भी आप भी आ सकते हैं, आपको भी कंडीशनल ऑफर लेटर मिलेगा। आप आइल्स कर रहे हैं तब भी आपको कंडीशनल ऑफर लेटर मिलेगा, सारी कंडीशन फुलफिल है तो आपको अनकंडीशनल ऑफर लेटर मिलेगा। और मैं रिकमेंड करूंगा कि इस कॉलेज में जरूर जाएं, बहुत बढ़िया कॉलेज है, गवर्नमेंट कॉलेज है और ये क्वालिटी एजुकेशन प्रोवाइड करता है। रिक्वेस्ट करूंगा जसलीन, आप थोड़ा सा और डीपली इस बारे में बताइए।
ਜੀ ਸਰ ਮੈਂ ਦੱਸਣਾ ਚਾਹੂੰਗੀ ਕਿ ਕੈਂਗਨ ਕਾਲਜ ਸਾਨੂੰ 23 ਫਰਵਰੀ ਨੂੰ ਸਵੇਰੇ 10 ਵਜੇ ਵਿਜ਼ਿਟ ਕਰਨਗੇ ਅਤੇ ਜੇ ਤੁਸੀਂ ਆਪਣੇ ਆਇਲਸ ਦੇ ਐਗਜ਼ਾਮ ਦੀ ਵੇਟ ਕਰ ਰਹੇ ਹੋ ਜਾਂ ਤੁਹਾਡਾ ਹਾਲੇ 12th ਦਾ ਐਗਜ਼ਾਮ ਪੈਂਡਿੰਗ ਹੈ ਤਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਇੱਕ ਵਾਰੀ ਜ਼ਰੂਰ ਆਓ ਤੁਹਾਨੂੰ ਹਰ ਇੱਕ ਸਟਰੀਮ ਦੇ ਕੋਰਸਿਸ ਇੱਥੇ ਅਵੇਲੇਬਲ ਮਿਲਣਗੇ ਜੇ ਤੁਸੀਂ ਆਰਟਸ ਦੇ ਸਟੂਡੈਂਟ ਹੋ ਤਾਂ ਤੁਹਾਡੇ ਲਈ ਹੋਸਪਿਟੈਲਿਟੀ ਅਵੇਲੇਬਲ ਹੈ ਜੇ ਤੁਸੀਂ ਨਾਨ ਮੈਡੀਕਲ ਦੇ ਸਟੂਡੈਂਟ ਹੋ ਤਾਂ ਤੁਹਾਡੇ ਕੋਲ ਕੰਪਿਊਟਰ ਸਿਸਟਮਸ ਟੈਕਨੋਲੋਜੀ ਦੇ ਕੋਰਸਿਸ ਅਵੇਲੇਬਲ ਹੈ ਆਟੋਮੋਟਿਵ ਦੇ ਕੋਰਸਿਸ ਵੀ ਹੈਗੇ ਆ ਨਾਲ ਨਰਸਿੰਗ ਦਾ ਡਿਪਲੋਮਾ ਵੀ ਹੈਗਾ ਸਰ ਇਹਨਾਂ ਕੋਲ ਤੇ ਡਿਪਲੋਮਾ ਲੀਡਿੰਗ ਟੂ ਡਿਗਰੀ ਅਕਾਊਂਟਿੰਗ ਜਾਂ ਬਿਜ਼ਨਸ ਵਾਲੇ ਸਾਰੇ ਕੋਰਸ ਇੱਥੇ ਜਿਵੇਂ ਤੁਸੀਂ ਹੁਣ ਡਿਪਲੋਮਾ ਲੀਡਿੰਗ ਟੂ ਡਿਗਰੀ ਦੀ ਗੱਲ ਕੀਤੀ ਹੈ ਪਿਛਲੇ ਜਦੋਂ ਪਿਛਲਾ ਮੈਂ ਕੁਐਸਚਨ ਤੁਹਾਨੂੰ ਪੁੱਛਿਆ ਤੁਸੀਂ ਕਲਾਈਂਟ ਬੜੀ ਮਤਲਬ ਐਮਫਾਸਿਸ ਕਰਕੇ ਬੋਲੀ ਸੀ ਕਿ ਕੁਝ ਜਿਹੜੇ ਕੋਰਸਿਸ ਨੇ ਸਪੈਸ਼ਲਾਈਜ਼ਡ ਕੋਰਸਿਸ ਨੇ ਹੈਗੇ ਇਹਨਾਂ ਦੇ ਕੋਲ ਬਿਲਕੁਲ ਸਰ ਜਿਵੇਂ ਆਟੋਮੋਟਿਵ ਤੇ ਨਰਸਿੰਗ ਕਾਫੀ ਸਪੈਸ਼ਲਾਈਜ਼ਡ ਕੋਰਸਿਸ ਹੈ ਜਿਹਦੇ ਵਿੱਚ ਬੱਚਿਆਂ ਦਾ ਸਕਸੈਸ ਰੇਟ ਕਾਫੀ ਅੱਛਾ ਰਹੇਗਾ ਤੇ ਜੇ ਅਸੀਂ ਕਾਲਜ ਦੀ ਗੱਲ ਕਰੀਏ ਤਾਂ 99% ਵੀਜ਼ਾ ਸਕਸੈਸ ਰੇਟ ਇਹਨਾਂ ਦਾ ਰਹਿੰਦਾ ਕਿਉਂਕਿ ਇਹ ਗਵਰਨਮੈਂਟ ਵੱਲੋਂ ਅਪਰੂਵਡ ਕਾਲਜ ਹੈ ਤੇ ਕਾਫੀ ਅੱਛੀ ਇਹਨਾਂ ਦੀ ਇੰਟਰਨੈਸ਼ਨਲ ਰੈਪੂਟੇਸ਼ਨ ਹੈ ਤੇ ਇਹ ਕੰਡੀਸ਼ਨਲ ਲੈਟਰ ਆਫਰ ਜਿਹੜਾ ਹੈਗੇ ਇਹ ਔਨ ਦਾ ਸਪੋਟ ਦੇ ਰਹੇ ਹੈ ਜਦਕਿ ਇਹ ਕਾਲਜ ਇੰਟਰਵਿਊ ਤੋਂ ਬਿਨਾਂ ਕਿਸੇ ਨੂੰ ਵੀ ਕੰਡੀਸ਼ਨਲ ਆਫਰ ਲੈਟਰ ਨਹੀਂ ਦਿੰਦਾ ਹੈ ਇਸ ਕਾਲਜ ਕੀ ਇੱਕ ਖਾਸੀਅਤ ਹੋਰ ਹੈ ਸਰ ਪਿਛਲੇ 5-6 ਸਾਲ ਸੇ ਇਸ ਕਾਲਜ ਕੋ ਮੈਂ ਮਤਲਬ ਕੰਟੀਨਿਊਸਲੀ ਪ੍ਰੋਮੋਟ ਕਰ ਰਹਾ ਹੂੰ ਤੋ ਇਸ ਕਾਲਜ ਮੈਂ ਲਾਈਕ ਯੇ ਇੰਟਰਵਿਊਜ਼ ਲੇਤੇ ਹੈ ਯਹਾਂ ਵੀ ਆ ਰਹੇ ਹੈ ਤੋ ਬੱਚੋਂ ਕੋ ਪਹਿਲੇ ਅਸੈਸ ਕਰੇਂਗੇ ਆਫਰ ਲੈਟਰ ਦੇਣੇ ਸੇ ਪਹਿਲੇ ਕਿ ਬੱਚਾ ਰੀਅਲੀ ਮੈਂ ਕੈਪੇਬਲ ਹੈ ਜਾਂ ਨਹੀਂ ਹੈ ਈਵਨ ਕਿ ਯੇ ਲੋਕ ਯੇ ਵੀ ਦੇਖਤੇ ਹੈ ਕਿ ਜੋ ਅਪਲੀਕੇਸ਼ਨ ਫੋਰਮ ਹੈ ਸਟੂਡੈਂਟ ਕੇ ਹੱਥ ਸੇ ਭਰਾ ਜਾਏ ਔਰ ਟਾਈਮ ਟੂ ਟਾਈਮ ਯੇ ਇੰਟਰਵਿਊਜ਼ ਵੀ ਲੇਤੇ ਹੈ ਈਵਨ ਕਿ ਪੀਛੇ ਏਕ ਦੋ ਇਨ੍ਹੋਂ ਆਫਰ ਲੈਟਰ ਵੀ ਇਸੀ ਤਰ੍ਹਾਂ ਸੇ ਡਿਕਲਾਈਨ ਕੀ ਹੋ ਸਕਤਾ ਹੈ ਕਿ ਕਈ ਵਾਰ ਕਿਆ ਹੋਤਾ ਹੈ ਕਿ ਬੱਚਾ ਥੋੜਾ ਸਾ ਕਿਸੀ ਹੋਰ ਸੇ ਲਿਖਵਾ ਲੇਤਾ ਹੈ ਐਸਓਪੀ ਜਾਂ ਕਿਸੀ ਹੋਰ ਸੇ ਮਤਲਬ ਆਪਣਾ ਐਪਲੀਕੇਸ਼ਨ ਫੋਰਮ ਭਰਵਾ ਲੇਤਾ ਹੈ ਤੇ ਬੜੇ ਸਮਾਰਟ ਹੈ ਔਰ ਰੀਅਲੀ ਇਸ ਚੀਜ਼ ਕਾ ਫਾਇਦਾ ਵੀ ਹੈ ਸਟੂਡੈਂਟ ਕੋ ਅਗਰ ਥੋੜੀ ਸੀ ਇਸ ਤਰ੍ਹਾਂ ਕੀ ਪਰੇਸ਼ਾਨੀ ਹੋਤੀ ਹੈ ਨਾ ਤੋ ਇਸਕੇ ਰਿਜ਼ਲਟਸ ਬੜੇ ਪੋਜ਼ਿਟਿਵ ਨਿਕਲਤੇ ਹੈ ਕਾਲਜ ਕੀ ਇੰਟੈਂਸ਼ਨ ਇਹ ਕੀ ਹੈ ਕਿ ਉਨਕਾ ਸਕਸੈਸ ਰੇਟ ਨਾ ਗਿਰੇ ਨੀਚੇ ਅਗਰ ਸਟੂਡੈਂਟਸ ਇਸ ਪ੍ਰੋਸੈਸ ਸੇ ਨਿਕਲਤਾ ਹੈ ਤੋ ਡੈਫੀਨੇਟਲੀ ਬੱਚੇ ਕਾ ਵੀਜ਼ਾ ਆਏਗਾ ਹੀ ਆਏਗਾ ਜੀ ਅੱਗੇ ਗੱਲ ਕਰਾਂਗੇ ਜੀ ਕੈਨੇਡਾ ਦੇ ਸੈਮੀਨਾਰ ਬਾਰੇ 14 ਤਰੀਕ ਨੂੰ ਕਾਲਜ ਆਫ ਦਾ ਰੋਕੀਜ਼ ਜਲੰਧਰ ਵਿਖੇ 11-1 ਵਜੇ ਤੱਕ ਪ੍ਰਦੀਪ ਜੀ ਇਹ ਕਾਲਜ ਆਪਣੇ ਕੋਲ ਮੇਰੇ ਖਿਆਲ 3-4 ਵਾਰ ਵਿਜ਼ਿਟ ਕਰ ਚੁੱਕਿਆ ਹੈਗਾ ਹਾਂਜੀ ਟਾਈਮ ਟੂ ਟਾਈਮ ਵੀ ਇੰਡੀਆ ਆਤੇ ਹੈ ਤੋ ਮੇਰੇ ਪਾਸ ਆਤੇ ਹੈ ਔਰ 2-3 ਬੱਚੋਂ ਕੇ ਇਸ ਇਨਟੇਕ ਮੇਂ ਇਨਕੇ ਵੀਜ਼ੇ ਵੀ ਆਏ ਹੈ ਤੁਸੀਂ ਕਿਉਂ ਰਿਕਮੈਂਡ ਕਰਦੇ ਬੱਚਿਆਂ ਨੂੰ ਇਸ ਕਾਲਜ ਲਈ ਸਪੈਸ਼ਲੀ ਸਰ ਦੇਖੀ ਇੱਕ ਤੋਂ SPP ਕਾਲਜ ਹੈ ਬਹੁਤ ਵਧੀਆ ਕਾਲਜ ਹੈ ਔਰ ਕੋਰਸਿਸ ਇਨਕੇ ਪਾਸ ਬਹੁਤ ਅੱਛੇ ਹੈ ਜੈਸੇ ਕਿ ਇਨਕੇ ਪਾਸ ਬਿਜ਼ਨਸ ਕੇ ਪ੍ਰੋਗਰਾਮਸ ਹੈ ਇਸਕੇ ਇਲਾਵਾ IT ਕੇ ਵੀ ਕੋਆਪਰੇਟਿਵ ਪ੍ਰੋਗਰਾਮ ਹੈ ਕਿ ਨਹੀਂ ਕੋਆਪ ਪ੍ਰੋਗਰਾਮਸ ਹੈ ਇਨਕੇ ਪਾਸ ਠੀਕ ਹੈ ਇਸਕੇ ਇਲਾਵਾ ਇਨਕੇ ਪਾਸ BBA ਹੈ ਇਨਕੇ ਪਾਸ PG ਡਿਪਲੋਮਾ ਹੈ ਹਰ ਇੱਕ ਪ੍ਰੋਗਰਾਮ ਹਰ ਫੀਲਡ ਕਾ ਇਨਕੇ ਪਾਸ ਇਨਕੇ ਪਾਸ ਐਸੋ ਡਿਗਰੀ ਸਾਇੰਸ ਹੈ ਐਸੋ ਡਿਗਰੀ ਇਨ ਆਰਟਸ ਵੀ ਹੈ ਹਰ ਇੱਕ ਪ੍ਰੋਗਰਾਮਸ ਹੈ ਬਟ ਇਸ ਕਾਲਜ ਕੀ ਰਿਕੁਐਸਟ ਇਹ ਹੈ ਕਿ ਇਨਕੋ 6 ਬੈਂਡ ਚਾਹੀਏ ਔਰ ਖਾਸ ਕਰ ਰੀਡਿੰਗ ਔਰ ਰਾਈਟਿੰਗ ਵੈਸੇ 6 ਬੈਂਡ ਨੋ ਲੈਸ ਦੈਨ 5.5 ਰੀਡਿੰਗ ਔਰ ਰਾਈਟਿੰਗ ਮੈਂ 6 ਬੈਂਡ ਹੋਣੇ ਚਾਹੀਏ ਇਵਨ ਕਿ PG ਡਿਪਲੋਮਾ ਕੇ ਲਈ ਵੀ 6 ਬੈਂਡ ਕੀ ਰਿਕੁਆਇਰਮੈਂਟ ਹੈ ਔਰ ਰੀਡਿੰਗ ਔਰ ਰਾਈਟਿੰਗ ਮੈਂ 6 ਬੈਂਡ ਹੋਣੇ ਚਾਹੀਏ ਤੋ 14 ਫੈਬ ਕੋ ਪਲੀਜ਼ ਦੋਸਤੋ ਵੈਲੈਂਟਾਈਨ ਡੇ ਕਾ ਦਿਨ ਹੈ ਤੋ ਮੇਰੀ ਆਪਸੇ ਰਿਕੁਐਸਟ ਹੈ ਕਿ ਪਲੀਜ਼ ਆਪ ਜਲੰਧਰ ਮੇਰੇ ਆਫਿਸ ਮੈਂ ਜੋ ਕਿ AGI ਬਿਜ਼ਨਸ ਸੈਂਟਰ ਨਰਿੰਦਰ ਸਿਨੇਮਾ ਕੀ ਬੈਕ ਸਾਈਡ ਮੈਂ ਗਰਾ ਰੋਡ ਪੇ 11 ਵਜੇ ਸੇ 1 ਵਜੇ ਤੱਕ ਮੈਂ ਵਹਾਂ ਪੇ ਪੂਰੀ ਟੀਮ ਕੇ ਸਾਥ ਹੂੰਗਾ ਪਲਸ ਮੈਂ ਆਪਕੇ ਯੇ ਡੈਲੀਗੇਟਸ ਵੀ ਵਹਾਂ ਪੇ ਹੋਂਗੇ ਜੋ ਕਾਲਜ ਕੇ ਹੈਂ ਤੋ ਆਪ ਔਨ ਸਪੋਟ ਐਡਮਿਸ਼ਨ ਲੈ ਸਕਤੇ ਹੈਂ ਔਰ 50% ਐਪਲੀਕੇਸ਼ਨ ਫੀ ਵੀ ਆਫ ਹੈ $100 ਐਪਲੀਕੇਸ਼ਨ ਫੀਸ ਹੈ ਤੋ $50 ਮੈਂ ਆਪਕੋ ਆਫਰ ਲੈਟਰ ਮਿਲੇਗਾ ਏਕ ਔਰ ਵਾਦਾ ਹੈ ਏਕ ਪ੍ਰੋਮਿਸ ਹੋ ਰਹੇ 1-2 ਵਰਕਿੰਗ ਡੇਜ਼ ਮੈਂ ਆਫਰ ਲੈਟਰ ਸਟੂਡੈਂਟਸ ਕੋ ਮਿਲੇਗਾ 2 ਦਿਨ ਚ ਜੀ ਸਿਮਰਨ ਜੀ ਕੈਨੇਡਾ ਦੇ ਨਾਲ ਰਿਲੇਟਡ ਹੋਰ ਕੁਐਸਚਨ ਹੈ ਬੱਚੇ ਨੇ ਭੇਜਿਆ ਹੈ ਮੇਰਾ ਕੁਐਸਚਨ ਹੈ ਫੇਸਬੁੱਕ ਤੇ ਕਿ ਜੀ ਇੱਕ ਨੇ ਨਹੀਂ 4-5 ਬੱਚਿਆਂ ਦਾ ਹੈ ਕਿ ਅਸੀਂ ਨਾਨ ਮੈਡੀਕਲ ਕੀਤੀ ਹੋਈ ਹੈ ਪ੍ਰਦੀਪ ਜੀ ਸਿਮਰਨ ਜੀ ਬਾਕੀਆਂ 'ਚ ਨੰਬਰ 60% 65% 70% ਮੈਥ 'ਚ ਇਨ ਕੇਸ 50% ਰਹਿ ਗਏ ਤੁਸੀਂ ਵੈਸੇ ਤਾਂ 35% ਵਾਲੇ ਦਾ ਵੀਜ਼ਾ ਦਿਖਾਇਆ ਸੀ ਪਰ ਮੈਂ ਸਵਾਲ ਜਨਰਲ ਤੌਰ ਤੇ ਪੁੱਛ ਰਿਹਾ ਕਿ ਬੱਚੇ ਲਈ ਇਸ ਤਰ੍ਹਾਂ ਦਾ ਕੇਸ 50% ਦੇ ਸਕਸੈਸ ਹੋਣ ਦੇ ਕਿੰਨੇ ਚਾਂਸਸ ਨੇ ਚਾਂਸਸ ਆ ਦੇਅਰ ਸਰ ਕਿ ਅਗਰ ਇੱਕ ਬੱਚੇ ਦੀ ਨਾਨ ਮੈਡੀਕਲ ਸਟ੍ਰੀਮ ਤੋਂ ਬੱਚਾ ਫਿਜ਼ਿਕਸ ਕੈਮਿਸਟਰੀ ਮੈਥਸ ਉਹਦਾ ਮਤਲਬ ਮੇਜਰ ਸਕੋਰ ਜਿਹੜੇ ਸਬਜੈਕਟਸ ਹੈਗੇ ਨੇ ਉਹਦੇ ਵਿੱਚ ਅਗਰ ਸਟੂਡੈਂਟ ਦੇ ਫਿਜ਼ਿਕਸ 'ਚ ਨੰਬਰ 65% ਤੋਂ ਅਬਵ ਹੈ ਕੈਮਿਸਟਰੀ ਦੇ ਵਿੱਚ ਉਹਦੇ ਨੰਬਰ 70 ਅਬਵ ਹੈ ਲੇਕਿਨ ਮੈਥਸ ਵਿੱਚ ਅਗਰ ਉਹ 50% ਹੈ ਤਾਂ ਰਿਕਮੈਂਡ ਕੀਤਾ ਜਾਂਦਾ ਹੈ ਕਿ ਤੁਸੀਂ ਪ੍ਰੋਗਰਾਮ ਹੀ ਉਹ ਚੂਜ਼ ਕਰੋ ਜਿਹਦੇ ਵਿੱਚ ਫਿਜ਼ਿਕਸ ਤੇ ਕੈਮਿਸਟਰੀ ਲਾਈਕ ਇਨ ਦ ਕੇਸ ਅਗਰ ਅਸੀਂ ਗੱਲ ਕਰੀਏ ਕਿ ਫਿਜ਼ਿਕਸ ਕੈਮਿਸਟਰੀ ਮੈਥਸ ਵਾਲੇ ਸਟੂਡੈਂਟ ਅਗਰ 50% ਦੀ ਗੱਲ ਹੋ ਰਹੀ ਹੈ ਤੇ IT ਜਾਂ ਫਿਰ ਇੰਟਰੈਕਟਿਵ ਮੀਡੀਆ ਡਿਜ਼ਾਈਨ ਵਰਗੇ ਵਧੀਆ ਕੋਰਸਿਸ ਹੈਗੇ ਨੇ ਜੋ SPP ਕਾਲਜਸ ਦੇ ਅੰਡਰ ਮਿਲ ਜਾਣਗੇ ਸਟੂਡੈਂਟ ਨੂੰ ਅਦਰਵਾਈਜ਼ ਅਗਰ ਜਿਸ ਤਰ੍ਹਾਂ ਕਿ ਸਾਡੇ ਕੋਲ ਕੰਪਿਊਟਰ ਸਿਸਟਮਸ ਟੈਕਨੋਲੋਜੀ ਦਾ ਪ੍ਰੋਗਰਾਮ ਹੈ ਐਡਵਾਂਸ ਡਿਪਲੋਮਾ ਟੋਰਾਂਟੋ ਦੇ ਵਿੱਚ ਉਹਦੇ ਵਿੱਚ ਵੀ ਸਟੂਡੈਂਟ ਮਤਲਬ ਡਾਇਰੈਕਟਲੀ ਜਾ ਸਕਦਾ ਹੈ ਬਿਕੋਜ਼ ਉਹਦੇ ਵਿੱਚ ਕੀ ਆ ਕਿ ਫਰਦਰ ਜਿਹੜੀ ਕੋਆ ਪਲੇਸਮੈਂਟਸ ਹੈ ਉਹਦੇ ਵਿੱਚ ਮੈਥਸ ਦੀ ਜੋ ਰਿਕੁਆਇਰਮੈਂਟ ਹੈ ਉਹ ਉਸ ਲੈਵਲ ਦੀ ਨਹੀਂ ਹੈ ਜਸ ਇੱਕ ਬੇਸਿਕ ਲੈਵਲ ਦਾ ਮੈਥਸ ਜੋ ਪੜਾਇਆ ਜਾਏਗਾ ਉਹ ਹੈਗਾ ਕਿ 10th ਲੈਵਲ ਦਾ ਜਨਰਲ ਮੈਥਸ ਦੀ ਮਤਲਬ ਉਹਦੀ ਰਿਕੁਆਇਰਮੈਂਟ ਮਕੈਨੀਕਲ ਇੰਜੀਨੀਅਰਿੰਗ ਵੱਲ ਜਾ ਸਕਦਾ ਮਕੈਨੀਕਲ ਵਾਸਤੇ ਮੈਂ ਰਿਕਮੈਂਡ ਨਹੀਂ ਕਰੂੰਗੀ ਐਟਲੀਸਟ 55% ਐਂਡ ਅਬਵ ਵਾਲਾ ਸਟੂਡੈਂਟ ਅਪਲਾਈ ਕਰੇ
जिस सब्जेक्ट में, वो मैथ है चाहे कोई भी सब्जेक्ट है, अगर उसमें परसेंटेज कम है तो आगे को सिलेक्शन ऐसा होना चाहिए जिसमें आगे, जिसमें वो पुअर है आगे वो मेजर नहीं होना चाहिए। लाइक अगर मैथ की बात करें, मैथ की परसेंटेज आगे जो प्रोग्राम है उस प्रोग्राम में मैथ की रिक्वायरमेंट हाई नहीं होनी चाहिए। अगर हाई होगी तो डेफिनेटली वीजा रिजेक्ट होगा। मैथ की अगर रिक्वायरमेंट कम होगी आगे तो डेफिनेटली वीजा आएगा। अब भी इसी स्टूडेंट्स, ये जो स्टूडेंट्स हैं जो मैंने अभी आज अनाउंस किए हैं, इनमें से एक स्टूडेंट ऐसा भी, रणवीर जी, 2014 में उसकी बीटेक होनी चाहिए थी लेकिन 2016 में उसकी बीटेक हुई है और बैकलॉग कैन यू बिलीव कितने थे, 20 बैकलॉग थे स्टूडेंट्स के और उसका वीजा आया है। तो देखना ये होता है कि कोर्स सिलेक्शन, एजेंट सिलेक्शन और किस टाइम पे आपकी फील लग रही है, प्लस में कॉलेज एरिया, सारी चीजें मैटर करती हैं दोस्तों। और कहीं ना कहीं वेस्ट ओसिस पिछले 12 साल से ये इस फील्ड में है और हम सिर्फ एंड सिर्फ क्वालिटी के लिए काम करते हैं। क्वालिटी का मतलब कि भाई हमें लगता है कि डेफिनेटली स्टूडेंट्स का वीजा ले सकते हैं, थोड़ा सा दिमाग यूज करना होता है। कनाडा की फाइल में कुछ नहीं लगना, 4 फॉर्म है 3 फॉर्म है प्लस में एकेडमिक डॉक्यूमेंट है या पासपोर्ट है या मेडिकल कार्ड लगना है और कुछ भी नहीं लगना। लेकिन आप उसमें कोर्स सिलेक्शन कैसा लेके देते हो और जो आप फॉर्म फिलअप करते हो क्या एक्यूरेट इंफॉर्मेशन एम्बेसी को देते हो नहीं देते हो, यहीं पे बच्चे का वीजा लगता है। रणवीर जी यहाँ पे ये भी देखा है कि मोस्टली एजेंट्स क्या करते हैं, तो कोर्स सिलेक्शन ठीक नहीं देते, उनको ये नहीं पता होता कि स्टूडेंट्स के जो प्रीवियस एजुकेशन से रिलेटेड फर्दर कोर्स कौन सा होना चाहिए। पीसीएम वालों के लिए आईटी, इलेक्ट्रिकल, मैकेनिकल सारे सूट हो जाएंगे, लेकिन मिल राइट भी हो जाएगा। लेकिन देखना ये है कि इनमें परसेंटेज कितनी है पर सब्जेक्ट, उस हिसाब से आगे कौन सा कोर्स देना चाहिए इस पे वीजा लगता है। सेकंडली फाइनेंशियल सिचुएशन देखी जाती है। जब आप स्टूडेंट्स का जो क्वेश्चनिंग फॉर्म है या फैमिली इन्फॉर्मेशन फॉर्म है जब उसमें भरते हैं, उसमें मोस्टली एजेंट्स फेक चीजें लगाते हैं या बगैर स्टूडेंट से इन्फॉर्मेशन। प्रॉब्लम तो यही है ना, कनाडा को अभी लोड नहीं है, कल ना बच्चे का वीजा रिजेक्ट हो गया, सपोज करो बच्चे का वीजा रिजेक्ट हो गया, आपने फॉल्स इन्फॉर्मेशन दे दी, जर्नल में फाइल लगानी होगी तो वो डॉक्यूमेंटेशन एविडेंस के रूप में देने होंगे। इसके अलावा हाँ, मतलब होता कुछ है, दिखाया कुछ और जाता है। सेकंडली बच्चा तो चला गया, चलो सपोज करो बच्चा चला गया, बट इन्फॉर्मेशन तो सारी उसमें एम्बेसी को चली गई ना, कल ना उसके पेरेंट्स जाना चाहते हैं, सर फॉर्म में जो भरा और एक्चुअल में वो चीजें नहीं है, साल दो साल बाद उसके पेरेंट्स का भी वीजा रिजेक्ट हो सकता है। इसी से भाई साहब आप तो बिजनेसमैन थे, मतलब सब कुछ खराब हो जाता है। बच्चा तो पहुंच गया, पेरेंट्स यहां रह गए, और मोस्टली पेरेंट्स जब बच्चे का वीजा लगता है तो साल दो साल तीन साल बाद जरूर जाते हैं मिलने के लिए बच्चे से, तो वहां कहीं ना कहीं प्रोफाइल वीक हो जाती है। जी एक सवाल कनाडा का, उसके बाद थोड़ा ज्यादा टाइम और ऑस्ट्रेलिया वाल लाऊंगा। आर्ट्स के स्टूडेंट्स डर डर के कंसल्टेंट को जाते हैं और उन्होंने पहला सवाल यही होंगे कि मैनू जी कोर्स किड़ा मिलेगा, की जवाब है? सर आर्ट्स के बैकग्राउंड जो स्टूडेंट्स रहते हैं उन्होंने लाइक ये है कि सब्जेक्ट्स जो है सब्जेक्ट्स के उत्ते कंसीडर किया जाता है कि अगर स्टूडेंट को पॉलिटिकल साइंस है, हिस्ट्री है या इकोनॉमिक्स है। अगर कोई बच्चा इकोनॉमिक्स के मेजर मतलब नंबर अगर 60% तो अबव लेके आता है तो उसको रिकमेंड कर सकते हैं बच्चा जनरल बिजनेस जा सकता है, एंड इवन दैट वी हैव गॉट द वीजा ऑल्सो। तो डिपेंड करता बाकी पॉलिटिकल साइंस रिलेटेड पब्लिक एडमिनिस्ट्रेशन एंड मैनेजमेंट वर्गे वधिया कोर्सेज अवेलेबल है, हॉस्पिटैलिटी एडमिनिस्ट्रेशन होटल एंड रिजॉर्ट इज अवेलेबल। बाकी बच्चा जरा डायरेक्टली हॉस्पिटैलिटी मैनेजमेंट के लिए भी जा सकता है, तो उन्होंने लाइक सब्जेक्ट्स को देख के उसे उन्होंने गाइड करीदा होंगे कि तुम कि प्रोग्राम फर्दर तुम मतलब प्रमोट करो या उन्होंने लो। जी जसलीन, दो क्वेश्चन ऑस्ट्रेलिया लिए बड़े इंपॉर्टेंट क्वेश्चन ने। पहला एसवीपी शुरू होंगे, एसवीपी बहुत सारे बच्चे विदेशों के चले गए, फिर एक एडवांस डिप्लोमा या डिप्लोमास के बच्चे जाने शुरू हुए क्योंकि सस्तियाँ पढ़ाइया सगिया, बट बच्चों को स्किल्ड ऑक्यूपेशन लिस्ट तो बाहर के कोर्सिस भी दिए गए, बच्चों बहुत धोखा होया। अज की डेट के जो बच्चा आते को ये सवाल अज भी है, मुद्दा अज भी है कि मैं सस्ता कॉलेज दे दो जी, मैं डिप्लोमा दे दो जी, मैं डिग्री च नहीं जा सकता, मैं इन्नी फीस अफोर्ड नहीं कर सकता। बिल्कुल सर, अज भी कई बच्चे योजे आते हैं वो कहते कि असं इन्नी फीसिज नहीं अफोर्ड कर सकते, या कई बच्चे एवं कहते कि हजे साड़ी इन्नी एज नहीं है कि असं एक 3 साल का कोर्स ऑप्ट करिए, असं ये सोच रहे हैं कि पहला असं प्रैक्टिकल एक्सपोजर लैके देखिए, 2 साल का सानू योजा कोर्स दे दो जिद असी एक एक्सपीरियंस गेन करना चाहते हैं कि इंटरनेशनल स्टडीज किहो जी हैं, उस तो बाद असी डिसाइड करांगे असी बैचलर डिग्री दे विच एडमिशन लेनी है कि नहीं। बहुत बच्चे अजकल अपनी प्रेफरेंसेस लेके आते हैं कि असी एडवांस डिप्लोमा ही लेना है, जिन्हां दे रिलेटिव्स बाहर हैं वह कई बार सजेस्ट कर देने हैं कि तुसी इहो जे कॉलेज दे विच आओ जिहड़े साडे घर दे नेड़े है, बट अज दी डेट च असी सजेस्ट करांगे जे तुसी एडवांस डिप्लोमा ऑप्ट करदे हो तां तुसी सिर्फ टेफ कॉलेज दे विच जाओ, जिवें कैंगन टेफ है उहनां कोल सर सारे ही ऑलमोस्ट एडवांस डिप्लोमास है, ते उहनां दे विच थोड़ा वीजा सक्सेस रेट हाई रहेगा। अदरवाइज असी बच्चे नूं सजेस्ट करांगे कि तुसी 6 बैंड लैके बैचलर्स दे विच अप्लाई करो। एक प्रोफाइल डिस्कस करनी चाहूंगा, ये प्रोफाइल लखां बच्चों की होगी, पंजाब, हरियाणा, राजस्थान, उत्तराखंड, दिल्ली दे विच 5.5 बैंड आर्ट्स 55 to 60% नंबर, की ऐसा बच्चा सक्सेस होएगा स्टेडियम च?
ਸਰ ਡਿਪੈਂਡ ਕਰਦਾ ਕਿ ਤੁਸੀਂ ਕੋਰਸ ਕਿਹੜਾ ਲੈ ਰਹੇ ਹੋ ਅਤੇ ਤੁਸੀਂ ਕਾਲਜ ਕਿਹੜਾ ਲੈ ਰਹੇ ਹੋ ਬਟ ਅਸੀਂ ਇਹੀ ਸੁਜੈਸਟ ਕਰਦੇ ਹਾਂ ਕਿ ਜੇ ਤੁਸੀਂ 55% ਹੈ ਤਾਂ ਤੁਸੀਂ ਅੱਗੇ ਆਪਣੀ ਬੈਚਲਰ ਕੰਟੀਨਿਊ ਕਰੋ ਇੰਡੀਆ ਦੇ ਵਿੱਚ ਫਿਰ ਤੁਸੀਂ ਅਪਲਾਈ ਕਰੋ ਅੱਛੇ ਨੰਬਰ ਲੈ ਕੇ ਇਹਦੇ ਨਾਲ ਕੋਈ ਸੰਭਾਵਨਾ ਐਸੇ ਸਟੂਡੈਂਟਸ ਕੋ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਉਹ 6 ਬੈਂਡ ਲੈ 5.5 ਬੈਂਡ ਆ ਗਏ ਤਾਂ 6 ਬੈਂਡ ਵੀ ਆ ਸਕਦੇ ਹੈ ਜੈਸੇ ਜਸਲੀਨ ਨੇ ਬੋਲਿਆ ਕਿ ਉਹ ਇੰਡੀਆ ਮੈਂ ਬੈਚਲਰ ਕਰੇ ਬਾਹਰ ਜਾਣਾ ਚਾਹਤਾ ਹੈ ਠੀਕ ਹੈ ਉਹ 6 ਬੈਂਡ ਲੈ ਤਬ ਜਾਏ 5.5 ਬੈਂਡ ਹੈ 55% 50% ਮਾਰਕਸ ਹੈ ਵੀਜ਼ਾ ਨਹੀਂ ਆਏਗਾ ਆਸਟ੍ਰੇਲੀਆ ਦਾ ਟਰਾਈ ਟੂ ਗੈਟ 6 ਬੈਂਡ ਇਨ ਆਇਲਸ ਔਰ ਤਬ ਆਪ ਆਪਣੀ ਬੈਚਲਰਸ ਕੇ ਲਈ ਅਪਲਾਈ ਕਰੋ ਜਾਂ ਡਿਪਲੋਮਾ ਲੀਡਿੰਗ ਟੂ ਡਿਗਰੀ ਕੇ ਲਈ ਅਪਲਾਈ ਕਰੋ ਡੈਫੀਨੇਟਲੀ ਵੀਜ਼ਾ ਆਏਗਾ ਸਿਮਰਨ ਕੁਝ ਖਾਸ ਮਈ ਇਨਟੇਕ ਲਈ ਜਾਂ ਸੈਪਟੈਂਬਰ ਇਨਟੇਕ ਲਈ ਸਰ ਮਈ ਇਨਟੇਕ ਦੇ ਲਈ ਮੈਂ ਇਹ ਕਹਿਣਾ ਚਾਹੂੰਗੀ ਕਿ ਸੀਟਸ ਬਹੁਤ ਘੱਟ ਹੈਗੀਆਂ ਨੇ ਤੇ ਬਹੁਤ ਛੋਟਾ ਇਨਟੇਕ ਹੈਗਾ ਵਾ ਤੇ ਸਟੂਡੈਂਟਸ ਜਿਹਨਾਂ ਨੇ ਵੀ ਅਪਲਾਈ ਕਰਨਾ ਜੋ ਮਈ ਇਨਟੇਕ ਨੂੰ ਫੋਕਸ ਕਰ ਰਹੇ ਨੇ ਪਲੀਜ਼ ਜਲਦੀ ਤੋਂ ਜਲਦੀ ਆਪਣੀ ਐਪਲੀਕੇਸ਼ਨਸ ਲਗਾਉਣ ਬਿਕੋਜ਼ ਆਲਰੇਡੀ ਸਾਰੇ ਕੋਰਸਿਸ ਦੇ ਲਈ ਵੇਟਲਿਸਟ ਹੋ ਚੁੱਕੇ ਨੇ ਕਾਲਜਸ ਦੇ ਵਿੱਚ ਤੇ ਸੈਪਟੈਂਬਰ ਇਨਟੇਕ ਦੀ ਮੋਸਟਲੀ ਸਾਰੇ ਕਾਲਜਸ ਦੇ ਵਿੱਚ ਐਡਮਿਸ਼ਨਸ ਓਪਨ ਹੋ ਚੁੱਕੀਆਂ ਨੇ ਤੇ ਆਪਣੇ ਸਾਡੇ ਵੈਸਟਰਨ ਓਵਰਸੀਜ਼ ਦੇ ਵਿੱਚ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਐਸ ਸਾਡੇ ਮੇਰੀ ਕਾਉਂਸਲਰਸ ਕੋਲੋਂ ਗਾਈਡੈਂਸ ਲੈ ਸਕਦੇ ਹੋ ਕਿਹੜਾ ਕੋਰਸ ਤੁਹਾਨੂੰ ਸਿਲੈਕਟ ਕਰਨਾ ਚਾਹੀਦਾ ਤੁਸੀਂ ਉਸ ਕੋਰਸ ਦੇ ਉੱਤੇ ਬੈਠ ਕੇ ਆਪਣੀ ਪੂਰੀ ਮਤਲਬ ਇੱਕ ਅੱਛੀ ਤਰ੍ਹਾਂ ਕਾਉਂਸਲਿੰਗ ਸਾਡੀ ਕਾਉਂਸਲਰ ਕੋਲ ਆ ਕੇ ਲੈ ਸਕਦੇ ਹੋ ਤੇ ਉਹਦੇ ਰਿਗਾਰਡਿੰਗ ਤੁਹਾਨੂੰ ਈਚ ਐਂਡ ਐਵਰੀ ਸਟੈਪ ਤੇ ਤੁਹਾਨੂੰ ਅਸੀਂ ਗਾਈਡ ਕਰਾਂਗੇ ਚਿੱਕੇ ਜੀਤੇ ਤੁਸੀਂ ਸਾਡੇ ਆਫਿਸ ਜਾ ਕੇ ਸਾਨੂੰ ਮਿਲ ਸਕਦੇ ਹੋ ਜਸਲੀਨ ਕਿਹੜਾ ਇਨਟੇਕ ਹੈ ਹੁਣ ਆਸਟ੍ਰੇਲੀਆ ਕਿਸ ਇਨਟੇਕ ਲਈ ਐਪਲੀਕੇਸ਼ਨਸ ਲਈ ਹੁਣ ਜੁਲਾਈ ਇਨਟੇਕ ਤੇ ਅਸੀਂ ਵਰਕ ਕਰ ਰਹੇ ਹਾਂ ਜੀ ਇੱਕ ਅਨਾਊਂਸਮੈਂਟ ਫਿਰ ਕਰਨੀ ਚਾਹੂੰਗਾ ਚੱਲਦੇ ਚੱਲਦੇ 14 ਫਰਵਰੀ ਨੂੰ ਕਾਲਜ ਆਫ ਦਾ ਰੋਕੀਜ਼ ਜਲੰਧਰ ਦਫ਼ਤਰ ਦੇ ਵਿੱਚ LDI ਬਿਲਡਿੰਗ ਜਿਹੜੀ ਹੈਗੀ ਕਾਫੀ ਫੇਮਸ ਹੈ ਅੱਜ ਕੱਲ੍ਹ ਇਮੀਗ੍ਰੇਸ਼ਨ ਦੇ ਜ਼ਿਆਦਾਤਰ ਦਫ਼ਤਰ ਉੱਥੇ ਨੇ 11 ਤੋਂ 1 ਵਜੇ ਤੱਕ ਹੈ ਜੀ 23 ਫਰਵਰੀ ਨੂੰ ਕੈਂਗਨ ਕਾਲਜ ਚੰਡੀਗੜ੍ਹ ਦੇ ਵਿੱਚ ਆ ਰਿਹਾ ਜੀ ਔਨ ਸਪੋਟ ਐਡਮਿਸ਼ਨ ਹੋਏਗੀ ਇਸ ਕਾਲਜ ਲਈ ਮੈਂ ਦੁਬਾਰਾ ਆਪਣੇ ਵੱਲੋਂ ਫਿਰ ਕਹਿ ਰਿਹਾ ਕਿ ਇਸ ਕਾਲਜ ਦੇ ਵਿੱਚ ਇੱਕ ਵਾਰ ਵਿਜ਼ਿਟ ਕਰੋ ਤੁਹਾਡੀ ਮਰਜ਼ੀ ਹੈ ਕਿ ਫਾਈਲ ਕਿੱਥੋਂ ਲਵਾਉਣੀ ਹੈ ਮੈਂ ਨਹੀਂ ਰਿਕਮੈਂਡ ਕਰ ਰਿਹਾ ਕਿ ਪ੍ਰਦੀਪ ਜੀ ਤੋਂ ਹੀ ਲਵਾਉਣੀ ਹੈ ਪਰ ਇੰਨਾ ਵਧੀਆ ਕਾਲਜ ਹੈ ਇੱਕ ਵਾਰ ਵਿਜ਼ਿਟ ਕਰਕੇ ਜ਼ਰੂਰ ਦੇਖਿਆ ਕਰੋ ਪ੍ਰਦੀਪ ਜੀ ਕੁਝ ਖਾਸ ਜੀ सर आपने अनाउंस कर ही दिया है इसके अलावा अगर आप कल मिलना चाहते हैं तो कल मैं जलंधर ऑफिस में हूँ मेरी टीम भी वहाँ पे होगी जसलीन मैम भी वहाँ पे होंगे और सिमरन मैम भी वहाँ पे होंगे और चाहे कनाडा है चाहे ऑस्ट्रेलिया है न्यूजीलैंड है चाहे यूरोपियन कंट्रीज़ हैं हर एक कंट्रीज़ में वेस्टर्न ऑफिस डील करता है तो कल AGI बिजनेस सेंटर जलंधर अपना नरेंद्र सिनेमा की बैक साइड में वहाँ पर हम 12 बजे से लेकर 5 बजे तक वहीं पे हैं आप अपनी ऑन स्पॉट असेसमेंट करा सकते हैं अपने डॉक्यूमेंट लेके अपने पेरेंट्स के साथ प्लीज़ ज़रूर विजिट करना इसके अलावा सैटरडे को आप हमें चंडीगढ़ मिल सकते हैं मंडे अगेन चंडीगढ़ है मंगलवार को अपना अंबाला सिटी होता है जी तो प्लीज़ एक बार जरूर आइए और मिलिए हमसे प्लीज़ प्रदीप जी शुक्रिया जलीन धनवाद और सिमरन तुहाडा भी धनवाद दर्शकों का भी धनवाद तुसीं अपना कीमती समा कढ के शो देखे अपने विचार सुझाव जिहड़े हैगे ने जरूर भेजा करो कल मैं प्रोग्राम लैके 3:30 बजे एक बार फिर तुहाडी कचहरी के हाजिर होंगे तक अपने दोस्त रणबीर सिंह नूं आ गए शुक्रिया